ਇਹ ਖੂਨ ਰਸੂਲ ਦਾ ਹੀ ਜਿਹੜਾ ਡੁੱਲਿਆ ਕਰਬਲਾ ਹੈ। ਅਬਦੁੱਲਾ ਇਬਨੇ ਸਲਾਰ ਉਸ ਬੰਦੇ ਦਾ ਨਾਂ ਹੈ ਜਿਹਦੀ ਮਦੀਨੇ ਦੇ ਮੁਜ਼ਾਫਾਤ ਵਿੱਚ ਦੁਕਾਨ ਸੀ। ਜੁਮੇ ਵਾਲੇ ਦਿਨ ਸੌਦਾ ਮਦੀਨੇ ਆ ਕੇ ਖੜਦਾ ਸੀ। ਜੁਮੇ ਵਾਲੇ ਦਿਨ ਜੁਮਾ ਬਾਅਦ ਵਿੱਚ ਜੁਮੇ ਤੋਂ ਦੁਕਾਨਾਂ ਖੁੱਲਦੀਆਂ ਸਨ ਮਦੀਨੇ ਦੀਆਂ। ਜੁਮਾ ਪੜਦਾ ਸੀ ਤੇ ਨਾਲ ਹੀ ਦੁਕਾਨਦਾਰ ਨਿਕਲਦੇ ਸਨ, ਦੁਕਾਨਾਂ ਖੁੱਲਦੀਆਂ ਸਨ। ਛੋਟੀ ਦੁਕਾਨ ਸੀ ਇਹਦੀ, ਕਿਧਰੇ ਉੱਥੇ ਸੌਦਾ ਖੜਦਾ ਸੀ। ਇਹ ਆਂਦਾ ਇੱਕ ਦਿਨ ਦੁਕਾਨਾਂ ਬੰਦ ਸਨ ਤੇ ਮੈਂ ਹੈਰਾਨ ਹੋ ਗਿਆ, ਜੁਮੇ ਨੂੰ ਅੱਗੇ ਤੇ ਪਿਛਲੇ ਟਾਈਮ ਖੁੱਲਦੀਆਂ ਨੇ। ਮੈਨੂੰ ਕਿਸੇ ਦੱਸਿਆ ਅੱਜ 28 ਰਜਬ ਹੈ, ਜੁਮੇ ਦਾ ਦਿਨ ਹੈ। ਮੈਂ ਦੁਕਾਨਦਾਰ ਹੈ ਸਦਕੇ ਭਾਈ, ਦੁਕਾਨਦਾਰ ਆਉਂਦਾ, ਮੈਂ ਬਾਜ਼ਾਰ 'ਚੋਂ ਵਾਪਸ ਆ ਕੇ ਮਸਜਿਦ 'ਚ ਵੜਿਆ ਅਤੇ ਮਸਜਿਦ 'ਚੋਂ ਬੰਦਾ ਪਾ ਨਿਕਲਦਾ ਸੀ। ਮੈਂ ਉਹਨੂੰ ਆਖਿਆ ਭਾਈ ਜੀ ਮੈਂ ਹਰ ਜੁਮੇ ਸੌਦਾ ਖੜਨਾ, ਅੱਜ ਦੁਕਾਨਾਂ ਕਿਉਂ ਨਹੀਂ ਖੁੱਲੀਆਂ? ਉਸ ਆਖਿਆ ਤੂੰ ਮਦੀਨੇ ਦਾ ਨਹੀਂ? ਉਸ ਆਖਿਆ ਨਹੀਂ। ਇਹਦਾ ਮਤਲਬ ਹੈ ਤੂੰ ਹਾਲਾਤ ਤੋਂ ਬਾਖਬਰ ਨਹੀਂ। ਕਹਿਣ ਲੱਗਾ ਤੁਸੀਂ ਕੋਈ ਖਬਰ ਦੇ ਦਿਓ। ਕਹਿਣ ਲੱਗਾ ਅੰਦਰ ਆ। ਆਉਂਦਾ ਮੈਨੂੰ ਦਰਵਾਜ਼ੇ ਦੇ ਅੰਦਰ ਕਰਕੇ ਉਸ ਮੇਰੇ ਕੰਨ 'ਚ ਆਖਿਆ ਮੁਹੰਮਦ ਦਾ ਬੇਟਾ ਮਦੀਨਾ ਛੱਡ ਕੇ ਗਿਆ। ਦੁਕਾਨਾਂ ਬੰਦ ਕਿਉਂ ਨੇ? ਆਂਦਾ ਉਹਦੀਆਂ ਭੈਣਾਂ ਵੀ ਨਾਲ ਜਾ ਰਹੀਆਂ। ਉਸ ਆਖਿਆ ਦੁਕਾਨਾਂ ਬੰਦ ਕਰਨ ਕਿੰਨੇ ਕਰਾਈਆਂ ਨੇ? ਉਸ ਆਖਿਆ ਉਹਦਾ ਨਾਂ ਅੱਬਾਸ ਇਬਨ ਅਲੀ ਹੈ। ਸਦਕੇ ਜਾਵਾਂ, ਜਿਸ ਸਵੇਰ ਦੀ ਨਮਾਜ਼ ਤੋਂ ਬਾਅਦ ਆਖਿਆ ਸੀ ਅੱਜ ਕੋਈ ਦੁਕਾਨ ਨਾ ਖੁੱਲ੍ਹੇ, ਦੁਕਾਨਾਂ ਕੋਈ ਨਹੀਂ ਖੁੱਲ੍ਹਣੀਆਂ ਅਗਲੇ ਜੁਮੇ ਆ ਜਾਏ। ਕਹਿਣ ਲੱਗਾ ਯਾਰ ਐਡੇ ਸ਼ਰੀਫ ਬਾਹਰ ਪੈ ਨਿਕਲਦੇ ਕਿ ਦੁਕਾਨਾਂ ਹੀ ਬੰਦ ਕਰਾ ਛੱਡੀਆਂ ਨੇ। ਕਹਿਣ ਲੱਗਾ ਚੁੱਪ ਕਰਕੇ ਟੁਰ ਜਾ। ਆਂਦਾ ਇੱਕ ਮਿਹਰਬਾਨੀ ਕਰ, ਮੈਨੂੰ ਉੱਥੇ ਖਿਲਾਰ ਜਿੱਥੇ ਉਹਨਾਂ ਦਾ ਦਰਵਾਜ਼ਾ ਨਜ਼ਰ ਆਉਂਦਾ, ਮੈਂ ਵੇਖਾਂ ਤੇ ਸਹੀ ਸ਼ਰੀਫ ਬੀਬੀਆਂ ਬਾਹਰ ਕਿਵੇਂ ਆਉਂਦੀਆਂ। ਉਹ ਕਹਿਣ ਲੱਗਾ ਉਹਨਾਂ ਦੀ ਨਜ਼ਰਾਂ ਤੋਂ ਪਰਦਾ ਕੋਈ ਨਹੀਂ, ਤੈਨੂੰ ਛੁਪਿਆ ਕਿਸੇ ਰਹਿਣ ਨਹੀਂ ਦੇਣਾ। ਉਸ ਆਖਿਆ ਉਹ ਪਸੰਦ ਕਰਨਗੇ ਤਾਂ ਖਲੋਤਾ ਰਹਾਂਗਾ, ਅਗਰ ਆਖਣਗੇ ਦਫਾ ਹੋ ਜਾ ਤਾਂ ਮੈਂ ਚਲਾ ਜਾ। ਉਹਨੇ ਉੱਥੇ ਖਿਲਾਰਿਆ ਜਿੱਥੇ ਸਾਦਾਤ ਦਾ ਬੂਆ ਨਜ਼ਰ ਆਉਂਦਾ ਸੀ। ਆਉਂਦਾ ਮੈਂ ਛੁਪ ਕੇ ਖਲੋ ਗਿਆ। ਅੱਗੋਂ ਸਾਰੀ ਰਵਾਇਤ ਉਹਦੀ ਉਹ ਸੁਣ ਲਓ। ਮੇਰੇ ਕੋਲ ਇਸ ਵੇਲੇ ਸਿਰਫ ਔਰ ਸਿਰਫ 5 ਮਿੰਟ ਬਾਕੀ ਨੇ, ਇਹ 5 ਮਿੰਟ ਉੱਤੇ ਵੀ ਹੋ ਸਕਦੇ ਨੇ, ਰਵਾਇਤ ਮੁਕੰਮਲ ਕਰ ਦੇਣਾ, ਜਲਦੀ ਨਹੀਂ ਕਰਦੇ। ਆਉਂਦਾ ਮੈਂ ਖਲੋ ਗਿਆ ਅਤੇ ਓਟ ਦੇ ਪਿੱਛੇ ਮੈਂ ਵੇਖਿਆ ਬਹੁਤ ਵੱਡਾ ਦਰਵਾਜ਼ਾ ਸੀ, ਅੱਗੇ ਪਰਦਾ ਸੀ। ਆਉਂਦਾ ਉਹਦੇ ਵਿੱਚੋਂ ਨਾ ਪਰਦਾ ਹੱਲਿਆ, ਮੈਂ ਸਮਝਿਆ ਕੋਈ ਨਿਕਲਣ ਲੱਗਾ। ਆਉਂਦਾ ਅੰਦਰੋਂ ਇੱਕ ਨੌਜਵਾਨ ਨਿਕਲਿਆ, ਐਡਾ ਸੋਹਣਾ ਮੈਂ ਜ਼ਿੰਦਗੀ 'ਚ ਵੇਖਿਆ, ਚੰਨ ਵਾਂਗੂ, ਚੰਨ ਵਾਂਗੂ ਸੋਹਣਾ। ਤਾਂ ਹੀ ਉਹਨੂੰ ਕਮਰੇ ਬਣੀ ਆਸ਼ਾ ਮੰਨਦੇ ਸਨ। ਆਉਂਦਾ ਉਹਦੇ ਹੱਥ 'ਚ ਕੁਰਸੀ ਸੀ ਅਤੇ ਮੈਂ ਹੈਰਾਨ ਹੋ ਗਿਆ ਵੀ ਐਡਾ ਸੋਹਣਾ ਅਤੇ ਕੁਰਸੀ ਆਪ ਚੁੱਕੀ ਆਉਂਦਾ, ਇਹਦਾ ਨੌਕਰ ਕੋਈ ਨਹੀਂ? ਸਦਕੇ ਜੀ ਕਦੀ ਨਾ ਰੋਵੇਂ, ਇਹਦਾ ਨੌਕਰ ਕੋਈ ਨਹੀਂ। ਆਉਂਦਾ ਜਦੋਂ ਮੈਂ ਵੇਖਿਆ ਨਾ ਉਹ ਆਪਣੇ ਆਬਾਦ ਦੇ ਦਾਮਨ ਨਾਲ ਉਹ ਕੁਰਸੀ ਸਾਫ਼ ਕਰਨ ਲੱਗ ਪਿਆ, ਉਦੋਂ ਮੈਨੂੰ ਸਾਫ ਲੱਗਾ ਇਹ ਤਾਂ ਆਪ ਨੌਕਰ ਹੈ, ਅੱਲਾ ਜਾਣੇ ਇਹਦਾ ਸਰਦਾਰ ਕਿੱਡਾ ਸੋਹਣਾ ਹੋਵੇਗਾ। ਸਦਕੇ ਜਾਵਾਂ, ਆਉਂਦਾ ਉਸ ਕੁਰਸੀ ਸਾਫ਼ ਕਰਕੇ ਗਲੀ 'ਚ ਰੱਖੀ ਅਤੇ ਪਰਦਾ ਉਠਾ ਕੇ ਕਹਿਣ ਲੱਗਾ ਆਓ। ਸੱਚੀ ਮੁੱਚੀ ਅੰਦਰੋਂ ਆਉਂਦਾ ਵਾਕਿਆ ਤਾਂ ਨਹੀਂ, ਸਰਦਾਰ ਹੀ ਅੰਦਰੋਂ ਨਿਕਲੇ ਨੇ ਤਰੇ। ਦਰਮਿਆਨ 'ਚ ਇੱਕ ਬਜ਼ੁਰਗ ਸਨ, ਇਹਨਾਂ ਦੇ ਸਰ 'ਤੇ ਅਮਾਮਾ ਸੀ ਸੁਣ, ਨਾਲ 2 ਨੌਜਵਾਨ ਉਹਦੇ ਨਿਕਲੇ ਨੇ ਬਾਡੀਗਾਰਡ ਦੀ ਸ਼ਕਲ 'ਚ। ਮੈਂ ਸ਼ੀਆ ਨਹੀਂ ਸਮਝਦਾ ਜਿਹਨੂੰ ਸਮਝ ਨਾ ਆਵੇ ਨਾਂ ਲੈਣ ਤੋਂ ਬਗੈਰ। ਇਮਾਮ ਹੁਸੈਨ ਅਸਲਮ ਨਿਕਲੇ ਨੇ। ਆਉਂਦਾ ਸੱਜੇ ਪਾਸੇ 17-18 ਸਾਲਾਂ ਦਾ ਸੀ, ਖੱਬੇ ਪਾਸੇ 13-14 ਸਾਲਾਂ ਦਾ। ਸਦਕੇ ਭਾਈ ਮੇਰੀ ਕੌਮ ਦੇ ਬੱਚੇ ਵੀ ਸਮਝ ਗਏ ਨੇ, ਇੱਕ ਪਾਸੇ ਅਲੀ ਅਕਬਰ ਨੇ, ਇੱਕ ਪਾਸੇ ਹਜ਼ਰਤ ਕਾਸਮ ਨੇ। ਆਉਂਦਾ ਕੁਰਸੀ 'ਤੇ ਬਜ਼ੁਰਗ ਬੈਠ ਗਿਆ, ਦੋਵਾਂ ਪਾਸੇ ਦੋਵੇਂ ਸ਼ਹਿਜ਼ਾਦੇ ਖਲੋ ਗਏ ਗਲੀ ਵਿੱਚ। 28 ਰਜਬ ਦੀ ਗੱਲ ਪਿਆ ਕਰਦਾ। ਆਉਂਦਾ ਫਿਰ ਇਹ ਇਕੱਲਾ ਨੌਜਵਾਨ ਸੋਹਣਾ ਜਿਹੜਾ ਸੀ ਇਹ ਮਸਰੂਫ਼ ਅਮਲ ਹੋ ਗਿਆ, ਹਮਾਇਲੇ ਦਾ ਤਲਵਾਰ ਸੀ। ਇੱਧਰੋਂ ਇੱਕ ਡਾਚੀ ਲਿਆਉਂਦਾ ਸੀ, ਇੱਧਰੋਂ ਅੱਗੇ ਗਲੀ ਮੁੜਦੀ ਸੀ, ਉੱਥੋਂ ਉੱਥੇ ਇੱਕ ਬੰਦਾ ਖਲੋਤਾ ਸੀ, ਉਹਦਾ ਨਾਂ ਸੀ ਮੁਹੰਮਦ। ਇਹਨੂੰ ਆਵਾਜ਼ ਦਿੰਦਾ ਸੀ ਮੁਹੰਮਦ ਜੀ ਆ ਜਾ, ਉਹ ਮੁਹੰਮਦ ਆਉਂਦਾ ਸੀ। ਇੱਧਰੋਂ ਇਸ ਮੇਰੇ ਸਾਹਮਣੇ ਇੱਕ ਨਾਕਾ ਲਿਆਂਦੀ, ਉਹਦੇ 'ਤੇ ਸਾਹਿਬਾਨ ਲੱਦੇ, ਰੱਸੀ ਬੱਧੀ ਅਤੇ ਮੁਹੰਮਦ ਨੂੰ ਆਖਣ ਲੱਗਾ ਇਹ ਲੈ। ਉਹ ਲੈ ਗਿਆ ਬਾਹਰ ਜਾ ਕੇ ਖੁੱਲ੍ਹੇ ਥਾਂ ਬੰਨ ਕੇ ਫਿਰ ਆ ਗਿਆ। ਫਿਰ ਇੱਕ ਨਾਕਾ ਲਿਆਂਦੀ ਇਹ ਉਂਟਣੀ, ਉਹਦੇ 'ਤੇ ਇਸ ਬਿਸਤਰ ਲੱਦੇ, ਦੋਵਾਂ ਪਾਸਿਓਂ ਬੱਧੇ ਅਤੇ ਟੋਰ ਦਿੱਤੀ ਮੁਹੰਮਦ ਲੈ ਜਾ। ਫਿਰ ਨਾਕਾ ਲਿਆਂਦੀ ਉਹਦੇ 'ਤੇ ਸ਼ਾਮਿਆਨੇ ਲੱਦੇ, ਫਿਰ ਨਾਕਾ ਲਿਆਂਦੀ ਉਹਨੂੰ ਤੋੜ ਕੇ ਫਿਰ ਬਰਤਨ ਲੱਦੇ, ਵੱਡੇ ਬਰਤਨ ਵੀ ਛੋਟੇ ਬਰਤਨ ਵੀ। ਜਿੰਨਾ ਸਮਾਨ ਆਉਂਦਾ ਮੈਂ ਇਹਨੂੰ ਵਹਿੰਦਾ ਰਿਹਾ ਅਤੇ ਲੱਦਦਾ ਰਿਹਾ ਨਾ, ਮੈਨੂੰ ਸ਼ੱਕ ਪੈ ਗਿਆ ਇਹ ਜਿਹੜੇ ਟੁਰ ਚੱਲੇ ਨੇ ਨਾ ਇਹਨਾਂ ਵਾਪਸ ਕੋਈ ਨਹੀਂ ਆਉਂ। ਹਾਏ ਤੁਹਾਡੀ ਮੇਰੇ ਤੱਕ ਪਹੁੰਚ ਗਈ, ਆਬਾਦ ਰਹੋ, ਦੁਆਵਾਂ ਸਾਰਿਆਂ ਦੀਆਂ ਕਬੂਲ ਹੋ ਜਾਣ, ਜ਼ਹਰਾ ਦੀਆਂ ਧੀਆਂ ਦੇ ਰੁਲਣ ਦਾ ਸਦਕਾ ਤੁਹਾਡੀਆਂ ਸਭ ਦੀਆਂ ਦੁਆਵਾਂ ਦਿਲੀ ਕਬੂਲ ਹੋ ਜਾਣ, ਆਬਾਦ ਰਹੋ। ਆਉਂਦਾ ਜਦੋਂ ਸਮਾਨ ਵਾਲੇ ਨਾਕੇ ਉਹ ਮੁਹੰਮਦ ਬਾਹਰ ਬੰਨ ਆਇਆ, ਫਿਰ ਮਹਮਲਾਂ ਵਾਲੇ ਨਾਕੇ ਆਉਣੇ ਸ਼ੁਰੂ, ਜਿਨ੍ਹਾਂ 'ਤੇ ਪਰਦੇ ਵਾਲੀਆਂ ਅਮਾਰੀਆਂ ਸਨ। ਆਉਂਦਾ ਅਮਾਰੀਆਂ ਅੱਗੇ ਹੀ ਬੰਨੀਆਂ ਸਨ,
एक नाका ल्यांदी ल्यांदा सी उहनूं बिठांदा सी उहदा नकेल बनदा सी अंदरों एक बुरके वाली बीबी ल्यांदा सी अपना सानू जरा बुलंद करदा सी ते आंदा सी इहदे उत्ते पैर रख लो ਉਹ ਮੁਖਦਰਾ ਇਸਮਾ ਤੋਂ ਉਹਦੇ ਇੱਥੇ ਪੈਰ ਰੱਖ ਕੇ ਉੱਤੇ ਸਵਾਰ ਹੁੰਦੀ ਸੀ ਫਿਰ ਪਰਦਾ ਥੱਲੇ ਚੁੱਕ ਕੇ ਮੁਹੰਮਦ ਜੀ ਆ ਲਿਆ ਜੀ ਆਂਦਾ ਬੜੀਆਂ ਬੀਬੀਆਂ ਮੇਰੇ ਸਾਹਮਣੇ ਸਵਾਰ ਹੋ ਕੇ ਨਿਕਲਦੀਆਂ ਰਹੀਆਂ ਆਂਦਾ ਮੇਰਾ ਸ਼ੱਕ ਸੀ ਇਹ ਪੱਕੇ ਪੱਕੇ ਟੁਰ ਚੱਲੇ ਨੇ ਮੇਰਾ ਸ਼ੱਕ ਯਕੀਨ 'ਚ ਉਦੋਂ ਬਦਲਿਆ ਮੇਰੀਆਂ ਪੈਣਾਂ ਛੇਤੀ ਸਮਝਣਗੀਆਂ ਜਦੋਂ ਅੰਦਰੋਂ ਇੱਕ ਬੀਬੀ ਨਿਕਲੀ ਜਿਹਦੀ ਗੋਦ 'ਚ ਚੰਦ ਦਿਨਾਂ ਦਾ ਬੱਚਾ ਆਂਦਾ ਮੈਨੂੰ ਯਕੀਨ ਹੋ ਗਿਆ ਇਸ ਤੋਪੇ 'ਚ ਜਿਹੜੀ ਇਹ ਵੀ ਨਿਕਲੀ ਹੈ ਨਾ ਹੁਣ ਪਿੱਛੇ ਰਹਿ ਕੋਈ ਨਹੀਂ ਗਿਆ ਸਭ ਤੋਂ ਛੋਟਾ ਬੱਚਾ ਆਂਦਾ ਉਦੋਂ ਇੱਕ ਸ਼ਹਿਜ਼ਾਦਾ ਦੌੜਿਆ ਉਸ ਆ ਕੇ ਬੱਚੇ ਨੂੰ ਉਠਾਇਆ ਹੱਥਾਂ 'ਤੇ ਉਹ ਬੀਬੀ ਨੂੰ ਸਵਾਰ ਕਰਾ ਕੇ ਇਤਰਾਮ ਨਾਲ ਬੱਚਾ ਉਹਦੀ ਗੋਦ 'ਚ ਰੱਖਿਆ ਪਰਦਾ ਥੱਲੇ ਸੁੱਟਿਆ ਆਂਦਾ ਮੈਨੂੰ ਯਕੀਨ ਹੋ ਗਿਆ ਭਈ ਆਖਰੀ ਗੋਦ ਵਾਲਾ ਬੱਚਾ ਵੀ ਟੁਰ ਗਿਆ ਹੁਣ ਪਿੱਛੇ ਕੋਈ ਨਹੀਂ ਰਹਿ ਗਿਆ ਆਂਦਾ ਇੱਕਦਮ ਮੈਂ ਪਰੇਸ਼ਾਨ ਹੋ ਗਿਆ ਕਿਉਂਕਿ ਉਹਦਾ ਨੌਜਵਾਨ ਟੋਰਦਾ ਸੀ ਨਾ ਨਾਕੇ ਉਸ ਸਾਹਮਣੇ ਦਰਵਾਜ਼ੇ ਦੇ ਖਲੋ ਕੇ ਅੰਜ ਵੇਖਿਆ ਅਤੇ ਇੱਥੋਂ ਆਂਸੂ ਨਿਕਲ ਮੈਂ ਤੁਹਾਡੀ ਮਾਰਫਤ ਤੋਂ ਸਦਕੇ ਜਾਵਾਂ ਜਿਹਨਾਂ ਨੂੰ ਪਤਾ ਲੱਗ ਗਿਆ ਮੈਂ ਕੀ ਪੜ੍ਹਨ ਲੱਗਾ ਅਤੇ ਹੁਣ ਕੀ ਲੱਗਾ ਆਂਦਾ ਉਸ ਵੇਖਿਆ ਨਾ ਉਹ ਦਰਵਾਜ਼ਾ ਅਤੇ ਪਰਦਾ ਅਤੇ ਇੱਥੋਂ ਹੰਝੂਆਂ ਦਾ ਤੂਫਾਨ ਨਿਕਲਿਆ ਆਂਦਾ ਪਹਿਲਾਂ ਮੈਂ ਐਡੇ ਸੋਹਣੇ ਨੂੰ ਰੋਂਦਾ ਵੇਖ ਕੇ ਰੋਣ ਲੱਗ ਪਿਆ ਅਤੇ ਪਤਾ ਨਹੀਂ ਹੁਣ ਕੀ ਹੋਣ ਲੱਗਾ ਆਂਦਾ ਫਿਰ ਮੈਂ ਅੱਖਾਂ ਨਾਲ ਵੇਖਿਆ ਇਹਦਾ ਚਿਹਰਾ ਸੁਰਖ ਹੋ ਗਿਆ ਇਹਦੀਆਂ ਅੱਖਾਂ ਲਾਲ ਹੋ ਗਈਆਂ ਇਸ ਤਲਵਾਰ ਦੇ ਦਸਤੇ 'ਤੇ ਹੱਥ ਰੱਖਿਆ ਆਂਦਾ ਮੈਨੂੰ ਸ਼ੱਕ ਪੈ ਗਿਆ ਕਿਧਰੇ ਮੇਰਾ ਪਤਾ ਨਹੀਂ ਲੱਗ ਗਿਆ ਮੈਂ ਨਸ ਚੱਲਾ ਸਾਂ ਲੇਕਿਨ ਉਸ ਤਵੱਜੋ ਨਾ ਕੀਤੀ ਮੈਂ ਖਲੋਤਾ ਰਿਹਾ ਨਸਾਂ ਦੇ ਮੂਡ 'ਚ ਆਂਦਾ ਮੈਂ ਹੈਰਾਨ ਹੋ ਗਿਆ ਉਸ ਤਲਵਾਰ ਕੱਢੀ ਤਲਵਾਰ ਸੱਜੇ ਮੁੰਡੇ ਤੋਂ ਉੱਚੀ ਕੀਤੀ ਗਲੀ 'ਚ ਇੱਧਰ ਭੱਜਦਾ ਸੀ ਅਤੇ ਇੱਧਰ ਭੱਜਦਾ ਸੀ ਅਤੇ ਉੱਚੀ ਆਵਾਜ਼ ਨਾਲ ਆਉਂਦਾ ਸੀ ਆ ਨਹੀਂ ਜਾ ਰਹਿ ਗਿਆ ਕੋਈ ਸ਼ੀਆ ਜਿਹਨੂੰ ਨਹੀਂ ਪਤਾ ਲੱਗਾ ਕੌਣ ਬਾਹਰ ਆਉਣਾ ਸਦਕੇ ਤੁਹਾਡੀ ਮਾਰਫਤ ਤੋਂ ਸਦਕੇ ਮਾਤਮ ਕਰਨ ਵਾਲੇ ਹੋ ਤੁਹਾਨੂੰ ਦਰਅਸਲ ਪਤਾ ਲੱਗ ਗਿਆ ਨਾ ਅੰਦਰੋਂ ਬਾਹਰ ਕੌਣ ਆਉਣ ਵਾਲੀ ਆਉਂਦਾ ਜਦੋਂ ਸਕਿਆ ਨਾ ਦੋ ਵਾਰੀ ਅਲ ਹਿਜਾਬ ਇੰਜ ਲੱਗਾ ਜਿਵੇਂ ਪਰਿੰਦਿਆਂ ਦੀਆਂ ਪਰਵਾਜ਼ਾਂ ਰੁਕ ਗਈਆਂ ਇੰਜ ਲੱਗਾ ਜਿਵੇਂ ਕੋਠਿਆਂ ਤੋਂ ਬੱਚੇ ਦੂਰ ਦੌੜ ਗਏ ਅਗਲੇ ਬੰਦੇ ਅੱਗੇ ਪਿਛਲੇ ਪਿੱਛੇ ਪੂਰੇ ਮਦੀਨੇ 'ਚ ਸਕੂਤ ਛਾ ਗਿਆ ਅਤੇ ਫਿਰ ਉਸ ਪਰਦਾ ਉਠਾਇਆ ਅਤੇ ਮੂੰਹ ਥੱਲੇ ਕਰਕੇ ਦੂਜੇ ਹੱਥ ਨਾਲ ਆਉਂਦਾ ਬਿਸਮਿਲਾ ਆਓ ਆਉਂਦਾ ਅੱਗੇ ਵੀ ਤਾਂ ਬੀਬੀਆਂ ਆਈਆਂ ਹੀ ਸਨ ਪਰ ਇਸ ਵੇਲੇ ਇੱਕ ਬੀਬੀ 18 ਕਨੀਜ਼ਾਂ ਦੇ ਝੁਰਮਟ ਪਤਾ ਲੱਗ ਗਿਆ ਜੇ ਕੌਣ ਕਦੀ ਤੁਸੀਂ ਦੱਸੋ ਨਾ ਤਾਂ ਜ਼ਿਆਦਾ ਮੈਨੂੰ ਲੁੱਟ ਸਦਕੇ ਜਾਵਾਂ ਫਰਮੰਦ ਨੇ ਜਨਾਬੇ ਆਲੀਆ ਮਲਕਾਏ ਸ਼ਾਮ ਸਾਨੀਏ ਜ਼ਹਰਾ ਜਦੋਂ ਬੀਬੀ ਦਾ ਕਿਬਲਾ ਮਦੀਨੇ ਦੀ ਗਲੀ ਓਏ ਆਪਣੀ ਗਲੀ ਵਿੱਚ ਆਪਣੀ ਗਲੀ ਵਿੱਚ ਪਹਿਲਾ ਕਦਮ ਆਇਆ ਆਂਦਾ ਕੁਰਸੀ ਵਾਲਾ ਉੱਠ ਕੇ ਦੌੜਿਆ ਦੋਵੇਂ ਸ਼ਹਿਜ਼ਾਦੇ ਨਾਲ ਦੌੜੇ ਇਹ ਚਾਰੇ ਬੜੇ ਵਖਤ 'ਚ ਪੈ ਗਏ ਕਿਸੇ ਨੇ ਨਾਲੈਨ ਸੰਭਾਲੀ ਕਿਸੇ ਨੇ ਚਾਦਰ ਸੰਭਾਲੀ ਕਿਸੇ ਨੂੰ ਮੋਢੇ ਨੂੰ ਸਹਾਰਾ ਦਿੱਤਾ ਦਰੂਦ ਦੀਆਂ ਆਵਾਜ਼ਾਂ 'ਚ ਬੀਬੀ ਮਦੀਨੇ ਸਵਾਰ ਹੋਈ ਮੁਸਲਮਾਨੋ ਜਿਹੜੀ 28 ਰਜਬ ਨੂੰ ਇੰਜ ਸਵਾਰ ਹੋਈ ਸੀ ਇਹ 11 ਮੁਹਰਮ ਨੂੰ ਕਦੀ ਸਜੇ ਵੇਂਦੀ ਸੀ ਕਦੀ ਖੱਬੇ ਵੇਖ ਕੇ ਆਉਂਦੀ ਸੀ ਕਿੱਥੇ ਟੁਰ ਗਏ ਉਹ ਮੈਨੂੰ ਸਹਾਰਾ ਦੇਣ ਵਾਲਿਓ ਆਉਂਦਾ ਜਦੋਂ ਇਸ ਬੀਬੀ ਦੀ ਨਾਕਾ ਉੱਠੀ ਹੈ ਨਾ ਫਿਰ ਉਹ ਕੁਰਸੀ ਵਾਲਾ ਕੁਰਸੀ 'ਤੇ ਨਹੀਂ ਬੈਠਾ ਵਕਫਾ ਨਾ ਦਿਓ ਜੁੜ ਕੇ ਆਓ ਜੁੜ ਕੇ ਆਉਂਦਾ ਕੁਰਸੀ 'ਤੇ ਨਹੀਂ ਬੈਠਾ ਘੋੜਾ ਮਲੈਣ ਦਾ ਵੱਡੇ ਜਵਾਨ ਨੇ ਉਹ ਘੋੜੇ 'ਤੇ ਸਵਾਰ ਹੋ ਗਿਆ ਉਸ ਨਾਕੇ ਦੇ ਪਿੱਛੇ ਪਿੱਛੇ ਉਹਦਾ ਘੋੜਾ ਟੁਰ ਪਿਆ ਅੱਗੇ ਅੱਗੇ ਹਮਸ਼ੀਰ ਦਾ ਮਹਮਲ ਪਿੱਛੇ ਪਿੱਛੇ ਵੀਰ ਦੀ ਸਵਾਰੀ ਆਉਂਦਾ ਉਹਨਾਂ ਸ਼ਹਿਜ਼ਾਦਿਆਂ 'ਚੋਂ ਇੱਕ ਫੁੱਫੀ ਨਾਲ ਸੀ ਦੂਸਰਾ ਇਹਨਾਂ ਬਜ਼ੁਰਗਾਂ ਨਾਲ ਸੀ ਇੱਕ ਬੀਬੀ ਜ਼ੈਨਬ ਸਲਾਮੁੱਲਾ ਅਲੈਹਾ ਨਾਲ ਸ਼ਹਿਜ਼ਾਦਾ ਦੂਜਾ ਰਕਾਬ ਫੜ ਕੇ ਪਿਓ ਨਾਲ ਆਉਂਦਾ ਇਹ ਕਾਫਲਾ ਮੈਂ ਅੱਖਾਂ ਨਾਲ ਜਾਂਦਾ ਆਂਝ ਵੇਖਿਆ ਆਂਝ ਦਿਲ ਸੰਭਾਲੋ ਮੈਂ ਛੱਡਣਾ ਅੱਗੋਂ ਗਲੀ ਮੁੜਦੀ ਸੀ ਅਤੇ ਫਿਰ ਇਹ ਗਲੀ ਨਜ਼ਰ ਨਹੀਂ ਸੀ ਆਉਂਦੀ ਅੱਗੋਂ ਗਲੀ ਮੁੜ ਜਾ ਤਾਂ ਗਲੀ ਨਜ਼ਰ ਨਹੀਂ ਆਉਂਦਾ ਉਹ ਜਦੋਂ ਮਹਮਲ ਨਿਕਲ ਗਿਆ ਨਾ ਡਾਚੀ ਗੁਜ਼ਰ ਗਈ ਆਉਂਦਾ ਜਦੋਂ ਸਰਦਾਰ ਦਾ ਘੋੜਾ ਮੁੜਦਾ ਸੀ ਨਾ ਮੁੜਦਾ ਸੀ ਕਾਬੂ ਕਰਿਆ ਜੇ ਦਿਲ ਔਖੀ ਮੰਜ਼ਿਲ ਹੈ ਆਉਂਦਾ ਉਸ ਮੁੜਦੇ ਹੋਏ ਘੋੜੇ ਪਰ ਸਵਾਰ ਹੋ ਕੇ ਇਸ ਗਲੀ ਕੋ ਹਸਰਤ ਸੇ ਦੇਖ ਆ ਗਈ ਹੈ ਸਾਰਿਆਂ ਦੇ ਜ਼ਿਹਨ 'ਚ ਹਾਂ ਰੋ ਲਓ ਰੋ ਲਓ
ਆਂਦਾ ਉਸ ਸਰਦਾਰ ਨੇ ਇਸ ਗਲੀ ਨੂੰ ਹਸਰਤ ਨਾਲ ਵੇਖਿਆ। ਆਂਦਾ ਮੈਨੂੰ ਸ਼ੱਕ ਪੈ ਗਿਆ ਕਿ ਅਜੇ ਕੋਈ ਕੀਮਤੀ ਸ਼ਾਇਦ ਹੀ ਘਰ ਮੌਜੂਦ ਹੈ। ਕਿਆ ਬਾਤ ਹੈ ਬਾਈ, ਸੁਣਨਾ ਲਿਓ। ਆਂਦਾ ਮੈਂ ਉਹਨਾਂ ਦੀਆਂ ਨਜ਼ਰਾਂ ਦਾ ਤਾਕੁਬ ਕੀਤਾ ਤੇ ਉਹੀ ਗੱਲ ਨਿਕਲੀ, ਬਿਲਕੁਲ ਉਹੀ ਗੱਲ ਨਿਕਲੀ। ਜਦੋਂ ਮੈਂ ਪਿੱਛੋਂ ਪਰਤ ਕੇ ਵੇਖਿਆ ਤੇ ਵੱਡੇ ਦਰਵਾਜ਼ੇ 'ਚੋਂ ਇੱਕ 7 ਸਾਲ ਦੀ ਬੀਬੀ ਸਿਰ ਤੇ ਬੁਰਕਾ ਰੱਖੇ, ਦੋ ਜ਼ਈਫ ਮਾਈਆਂ ਦੇ ਹੱਥਾਂ ਦਾ ਸਹਾਰਾ ਲੈ ਕੇ ਪਹਿਲਾ ਕਦਮ ਉਸ ਗਲੀ 'ਚ ਆਇਆ। ਇਹ ਘੋੜੇ ਵਾਲਾ ਉਤਰ ਕੇ ਦੌੜਿਆ, ਉਤਰ ਕੇ ਦੌੜਦਾ ਦੌੜਦਾ ਸਾਹਮਣੇ ਆਇਆ, ਛੋਟੀ ਬੱਚੀ ਦੇ ਸਾਹਮਣੇ ਜ਼ਮੀਨ ਤੇ ਬਹਿ ਗਿਆ। ਕੀ ਸੁਣਿਆ ਜੀ ਆਖਰੀ ਜੁਮਲਾ? ਛੋਟੀ ਬੱਚੀ ਦੇ ਸਾਹਮਣੇ ਜ਼ਮੀਨ ਤੇ ਬਹਿ ਗਿਆ। ਆਂਦਾ ਛੋਟੀ ਬੱਚੀ ਦਾ ਛੋਟਾ ਜਿਹਾ ਬੁਰਕਾ ਤੇ ਬੁਰਕੇ ਵਾਲਾ ਚਿਹਰਾ ਇਹ ਇਸ ਅੰਜ ਲਿਆ ਹੱਥਾਂ ਵਿੱਚ। ਜਦੋਂ ਇਹ ਆਪਸ 'ਚ ਬੋਲੇ ਨੇ ਨਾ ਆਪਸ 'ਚ, ਉਦੋਂ ਮੈਨੂੰ ਪਤਾ ਲੱਗਾ ਇਹ ਬਾਪ ਹੈ ਉਹ ਧੀ ਹੈ। ਤ੍ਰੈ ਜੁਮਲੇ ਨੇ ਸਾਰੇ, ਤ੍ਰੈ ਜੁਮਲੇ ਨੇ ਮੇਰੀਆਂ ਧੀਆਂ ਬੇਟੀਆਂ ਜ਼ਿਆਦਾ ਮਹਿਸੂਸ ਕਰਨਗੀਆਂ। ਛੋਟੀ ਬੱਚੀ ਅੰਜ ਖਲੋਤੀ, ਸ਼ਬੀਰ ਦੋਵਾਂ ਹੱਥਾਂ ਚਿਹਰਾ ਲੈ ਕੇ ਫਰਮਾਉਂਦੇ ਨੇ, ਸੁਗਰਾ ਕਿਉਂ ਆਈ, ਕਿਉਂ ਬਾਹਰ ਕਿਉਂ ਆਈ, ਤੈਨੂੰ ਮਿਲ ਕੇ ਆਇਆ ਨਾ ਸਾਰੇ। ਬੀਬੀ ਸੁਗਰਾ ਨੇ ਫਰਮਾਇਆ, ਬਾਬਾ ਜਾਨ ਮੈਂ ਸਿਰਫ ਇੱਕ ਗੱਲ ਕਰਨ ਆਈ ਹਾਂ, ਇੱਕ ਗੱਲ। ਹਜ਼ਰਤ ਇਮਾਮ ਹੁਸੈਨ ਨੇ ਫਰਮਾਇਆ, ਪੁੱਤਰ ਗੱਲ ਦੱਸੋ, ਤੂੰ ਇੱਕ ਕਰਨੀ ਹੈ ਪਹਿਲਾਂ ਮੈਂ ਦੋ ਕਰਨੀਆਂ? ਫਰਮਾਉਂਦੀ ਹਾਂ ਬਾਬਾ, ਤੇ ਤੁਸੀਂ ਪਹਿਲੇ ਕਰ ਲਓ। ਫਰਮਾਇਆ ਦੋ ਮੈਨੂੰ ਦੱਸ ਤੇ ਤੂੰ ਇੱਕ ਕਰ। ਬਾਬਾ ਬੋਲੋ, ਦੱਸੋ, ਹੁਕਮ ਕਰੋ। ਸ਼ਬੀਰ ਫਰਮਾਉਂਦੇ ਨੇ, ਸੁਗਰਾ ਪਹਿਲੀ ਗੱਲ ਦੱਸ, ਰਾਤ ਦਾ ਫੈਸਲਾ ਹੋ ਗਿਆ ਨਾ, ਤੂੰ ਨਹੀਂ ਜਾਣਾ। ਕੀ ਸੁਣਿਆ ਜੇ? ਬੀਬੀ ਆਉਂਦੀ, ਹਾਂ ਬਾਬਾ ਫੈਸਲਾ ਹੋ ਗਿਆ। ਇਹ ਵੀ ਫੈਸਲਾ ਹੋ ਗਿਆ ਨਾ, ਅਕਬਰ ਨਹੀਂ ਰਹਿਣਾ। ਬੀਬੀ ਕਹਿਣ ਲੱਗੀ, ਬਾਬਾ ਇਹ ਵੀ ਫੈਸਲਾ ਹੋ ਗਿਆ, ਅਕਬਰ ਨਹੀਂ ਰਹਿਣਾ। ਫਰਮਾਇਆ ਹੁਣ ਗੱਲ ਕਰ, ਹੁਣ ਸੁਣੋ ਤੇ ਜਿੰਨੀ ਦੇਰ ਕਰਦਾ ਰੋਂਦੇ ਰਹੋ। ਹਜ਼ਰਤ ਇਮਾਮ ਹੁਸੈਨ ਫਰਮਾਉਂਦੇ ਨੇ, ਬੇਟੀ ਜਦੋਂ ਇਹ ਤੈਅ ਹੋ ਗਿਆ ਰਾਤ ਦਾ, ਤੂੰ ਜਾਣਾ ਨਹੀਂ, ਅਕਬਰ ਰਹਿਣਾ ਨਹੀਂ, ਹੁਣ ਕਿਹੜੀ ਗੱਲ ਕਰਨਾ ਚਾਹੁੰਦੀ ਹੈ? ਫਰਮਾਉਂਦੀ ਹੈ, ਬਾਬਾ ਮੈਨੂੰ ਪਤਾ ਲੱਗਾ ਸੀ ਤੁਸੀਂ ਘੋੜੇ 'ਤੇ ਬਹਿ ਕੇ ਬਹਿ ਜਾਂਦੇ ਹੋ, ਮੈਂ ਸਿਰਫ ਇੱਕ ਗੱਲ ਕਰਨ ਆਈ ਹਾਂ, ਨਾ ਅਕਬਰ ਨੂੰ ਰੱਖਣੀ ਆ, ਨਾ ਆਪਣੀ ਜਾਨ ਦੀ ਜ਼ਿੱਦ ਕਰਨੀ ਆ, ਮਹਿਲਨ ਮਹਿਲਨ ਯਾ ਵੀ ਆ, ਜ਼ਰਾ ਹੌਲੀ ਹੌਲੀ ਟੁਰਵੇ ਮੇਰਾ ਪਰਦੇਸੀ ਬਾਪ। ਕੋਈ ਨਹੀਂ, ਤੁਸਾਂ ਸੁਣਿਆ, ਫਰਮਾਇਆ ਗਲੀ 'ਚ ਪੈਦਲ ਟੁਰਵੇ ਮੇਰਾ ਪਰਦੇਸੀ ਬਾਪ, ਮੇਰਾ ਦਿਲ ਕਰਦਾ ਤੈਨੂੰ ਟੁਰਦੇ ਨੂੰ ਦੇਰ ਤੱਕ ਵੇਲਦੀ ਰਵਾਂ, ਮੇਰਾ ਦਿਲ ਕਰਦਾ ਮੈਂ ਪਰਦੇਸੀਆਂ ਨੂੰ ਦੇਰ ਤੱਕ ਵਿਦਿਆ ਕਰਾਂ, ਤੁਸਾਂ ਆਉਣਾ ਕੋਈ ਨਹੀਂ, ਮੈਂ ਬਚਣਾ ਕੋਈ ਨਹੀਂ।